ਜੇ ਵੜਿੰਗ ਦੀ ਹੁਣ ਭਰਾ ਤੂੰ ਇੱਧਰ ਧਿਆਨ ਮਾਰ ਲਈ ਰਾਜਾ ਵੜਿੰਗ ਜੀ ਜਦੋਂ ਆਸ਼ੂ ਭੂਸ਼ਣ ਜਿਹੜਾ ਆਪਣਾ ਮੰਤਰੀ ਹੈ ਮੈਂ ਮਾਫੀ ਚਾਹੁੰਦਾ ਜੇਕਰ ਮੇਥੋਂ ਨਾ ਪੂਰਾ ਨਾ ਲਿਆ ਜਾਂਦਾ ਹੋਵੇ ਉਹਨਾਂ ਤੇ ਜਿਹੜੇ ਆਹ ਕਹਿੰਦਾ ਉਹਨਾਂ ਨੂੰ ਅੰਦਰ ਕੀਤਾ ਸੀ ਵਿਜੀਲੈਂਸ ਨੇ ਉੱਥੇ ਜਾ ਕੇ ਤਾਂ ਬੜੀਆਂ ਹਾ ਹਾ ਐਂ ਕਰਦਾ ਸੀ ਕੀ ਗੱਲ ਹੋ ਗਈ ਸੀ ਭਰਾ ਤੇ ਤੈਨੂੰ ਹਾਲਾਂਕਿ ਉਹਦੀ ਆਪਣੇ ਸਾਰਾ ਪੰਜਾਬ ਉਹਦੀ ਬੋਲੀ ਨੂੰ ਜਾਣਦਾ ਵੀ ਉਹਦੀ ਬੋਲੀ ਕਿੰਡੀ ਮਿੱਠੀ ਬੋਲੀ ਆ ਡੀਐਸਪੀ ਨੂੰ ਕਿੰਡੀ ਖੰਡ ਸਿੱਕੀ ਸੀ ਉਹਨੇ ਬੋਲ ਬੋਲ ਕੇ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਤੇ ਮੈਂ ਤੁਹਾਨੂੰ ਅੱਜ ਪੁੱਛਦਾ ਜ ਜਦੋਂ ਆਸ਼ੂ ਮੰਤਰੀ ਨੂੰ ਜੇਲ੍ਹ ਚ ਕਰਦੇ ਸੀ ਤਾਂ ਤੁਹਾਡੀ ਕਾਂਗਰਸ ਦਾ ਅੱਜਕੱਲ ਪ੍ਰਧਾਨ ਜਿਹੜਾ ਆਪਣਾ ਰਾਜਾ ਵੜਿੰਗ ਉੱਥੇ ਜਾ ਕੇ ਚੀਕਾਂ ਮਾਰਦਾ ਸੀ ਹੁਣ ਅੱਜ ਸਰਦਾਰ ਚਰਨਜੀਤ ਸਿੰਘ ਚੰਨੀਵਾਰੀ ਕਿਉਂ ਨਹੀਂ ਬੋਲਦਾ ਉੱਥੇ ਤੇਰਾ ਗੱਲ ਬਹਿ ਗਿਆ ਫਿਰ ਮੈਂ ਇੱਥੇ ਵੀ ਕਹਾਂ ਭਗਵਾਨ ਜੀ ਤੁਮਾਨੂੰ ਕਿ ਰਾਜਾ ਵੜਿੰਗ ਨਾਲ ਤੇਰਾ ਕਿਹੜਾ ਪਿਆਰ ਪਿਆ ਜਿਹੜਾ ਇਹ ਤੇ ਉਹ ਬੱਸ ਬੋਡੀ ਵਾਲਾ ਰੋਪ ਲੱਗਿਆ ਕਰੋੜਾ ਰੁਪਈਆ ਦਾ ਘਪਲਾ ਉਹ ਵੀ ਵਿੱਚ ਬੋਲਦਾ ਇਹਦੇ ਤੇ ਵਿਜੀਲੈਂਸ ਕੀ ਗੱਲ ਇਹਨੂੰ ਖੁਰਕ ਚੱਲੀ ਆ ਵਿਜੀਲੈਂਸ ਇਹਦੇ ਅੱਲ ਨਹੀਂ ਝਾਕਦੀ ਜਵਾਬ ਤਾਂ ਦੇਨੇ ਪੈਣਗੇ ਨਾ ਮਾਨ ਸਾਹਿਬ ਕੋਈ ਅਜ ਤੋਂ ਮੈਂ ਪਹਿਲਾਂ ਉਹਨੂੰ ਇੱਥੇ ਪਹਿਲਾਂ ਰਾਜੇਵ ਡਿੰਗ ਨਾਲ ਕਲੀਅਰ ਕਰਕੇ ਫਿਰ ਤੁਹਾਡੇ ਤੇ ਹੁੰਨੇ ਹਾਂ ਰਾਜੇਵ ਡਿੰਗ ਤੇਰੀ ਸੱਚਾਈ ਦੱਸਾਂ ਆ ਸੁਣ ਲੋ ਪੰਜਾਬ ਦੇ ਲੋਕੋ ਇਹ ਬੰਨੂ ਫਿਰਦਾ ਮੁੱਖ ਮੰਤਰੀ ਸਾਰਾ ਪਿੰਡ ਮਾਰਜੂ ਤੈਨੂੰ ਨੰਬਰਦਾਰੀ ਨਹੀਂ ਮਿਲਨੀ ਇਹ ਨੋਟ ਰੱਖ ਲੈ ਏ ਵਿਅਕਤੀ ਜਿਹੜਾ ਦੂਜੇ ਦੀਆਂ ਗੱਲਾਂ ਕਰਦਾ ਤੇਰੇ ਜਿਹੜੇ ਮੁਕਸਰ ਦੇ ਵਿੱਚ ਪੀਏ ਆ ਵੜਿੰਗ ਸਾਹਿਬ ਕਹਿੰਦਾ ਸਾਡੇ ਅਲ ਵੀ ਚਾਕੀ ਅਸਾਂ ਵੀ ਤੇਰੇ ਹੀ ਆ ਮੜਾ ਧਿਆਨ ਤਾਂ ਮਾਰ ਇਧਰ ਤੇਰੇ ਪੀਏ ਕਹਿੰਦੇ ਪਲਾਟ ਫਲੂਟ ਬੜਾ ਲੈ ਰਹੇ ਆ ਕਿੱਥੋਂ ਜੇ ਲੈ ਰਹੇ ਹੋ ਧਿਆਨ ਨਹੀਂ ਵੱਜਦਾ ਮੈਂ ਤਾਂ ਮੁਕਸਰ ਗਿਆ ਸੀ ਮੇਰੀ ਭੈਣ ਦਾ ਪੈਨਸ ਦੀ ਨਾੜ ਫਟ ਗਈ ਸੀ ਉਹਦਾ ਆਪਰੇਸ਼ਨ ਸੀਗਾ ਤੇ ਜਦੋਂ ਉੱਥੇ ਮੈਂ ਰਿਹਾ ਤੇ ਮੈਨੂੰ ਲੋਕਾਂ ਨੇ ਗੱਲਾਂ ਦੱਸੀਆਂ ਮੈਂ ਕਿਹਾ ਬੱਲੇ ਬੱਲੇ ਇੱਕੋ ਕੋਈ ਵਿਆਹ ਵਿਊ ਦਾ ਰੌਲਾ ਸੀ ਤੇਰੇ ਪੀਏ ਦਾ ਨਿੰਪੜ ਗਿਆ ਘਰੇ ਵਿੱਚ ਹੀ ਚੱਲੀ ਜਾਂਦਾ ਉਹ ਜਵਾਬ ਦੇ ਮਾਰਾ ਜਾ ਅਖੇ ਕੀ ਫਲਾਨੇ ਆ ਕਿ ਤੇਰੀ ਪੀੜੀ ਥੱਲੇ ਸੱਪ ਪਿਆ ਕਹਿੰਦਾ ਭਾਈ ਸਾਹਿਬ ਬਲਾਵ ਦਲ ਵੇਖ ਛੇ ਪਏ ਕਹਿੰਦਾ ਛੇ ਛੇ ਨਾਲ ਫੂ ਫੁੱਕਾ ਠੋਕਦਾ ਆਹ ਬੀਣ ਆਵਦਲ ਵੀ ਵਜਾ ਦੂਜੇ ਨਹੀਂ ਤਾਂ ਪੀੜੀਆਂ ਵੇਖੀ ਜਾਂ ਨਾ ਤੇਰੀ ਪੀੜੀ ਥੱਲੇ ਵੇਖੀ ਪਿਆ ਮੈਂ ਇਥੇ ਕਹਿਣਾ ਚਾਹੂੰਗਾ ਕਿ ਜਿਹੜੀਆਂ ਬੱਸਾਂ ਦਾ ਰੋਪ ਲੱਗਿਆ ਸੀ ਪੰਜਾਬ ਦੇ মিডিਆ ਪੰਜਾਬ ਦੇ ਲੋਕਾਂ ਨੇ ਮੁੱਦਾ ਚੱਕਿਆ ਸੀ ਉਹ ਚੀਜ਼ ਵਾਲੇ ਵਿਜੀਲੈਂਸ ਦੇ ਅਲ ਵਿੱਚ ਹਾਤੀ ਮਾਰੇ ਦੂਸਰੀ ਗੱਲ ਇਹ ਕਰਨ ਲੱਗਿਆ ਰਾਜਾ ਵੜਿੰਗ ਫਿਰਦਾ ਬਨਨ ਨੂੰ ਮੁੱਖ ਮੰਤਰੀ ਅੱਜ ਕੱਲ ਪੱਗ ਵੀ ਬੰਨੀ ਫਿਰਦਾ ਇਹਨੂੰ ਆਇਆ ਕਿਤੇ ਪੱਗ ਬਨ ਕੇ ਮੈਂ ਮੁੱਖ ਮੰਤਰੀ ਬਨ ਜਾਊਂਗਾ ਪਰ ਭਲਿਆ ਮਾਨਸਾ ਪੱਗ ਸਾਡੇ ਇੱਕ ਬੰਦਾ ਹੁੰਦਾ ਸੀ ਉਹ ਵਿਚਾਰਾ ਸਿਧਰਾ ਸੀਗਾ ਤੇ ਉਹ ਵੀ ਪੱਗ ਬੰਨਦਾ ਸੀਗਾ ਤੇ ਹੁਣ ਤੈਨੂੰ ਪੱਗ ਬੰਨੀ ਨਾਲ ਅਸੀਂ ਤੈਨੂੰ ਮੁੱਖ ਮੰਤਰੀ ਬਣਾ ਦਾਂਗੇ ਮੈਂ ਕੋਈ ਪੱਗ ਦੇ ਬਾਰੇ ਮਾੜੀ ਗੱਲ ਨਹੀਂ ਕਰ ਰਿਹਾ ਕੱਲ ਨੂੰ ਕੋਈ ਆਪਦਾ ਬੰਦਾ ਠਾਕੇ ਕਵੇਂ ਤਾਂ ਪੱਗ ਤੇ ਬੋਲਿਆ ਸਿੱਖੀ ਬਹੁਤ ਔਖੀ ਮਿਲਦੀ ਆ ਪਰ ਤੇਰੀ ਦਿਲ ਦੀ ਭਾਵਨਾਵੇਂ ਇਹ ਆ ਕਿ ਮੈਂ ਪੱਗ ਬਣ ਕੇ ਮੁੱਖ ਮੰਤਰੀ ਬਣ ਜਾਊਂਗਾ ਲੋਕ ਚੰਗੀ ਤਰ੍ਹਾਂ ਜਾਣਦੇ ਆ ਚੀਜ਼ ਨੋਟ ਰੱਖ ਸਾਰੇ ਕਾਂਗਰਸੀਆਂ ਤੇ ਇਸ ਟਾਈਮ ਤੂੰ ਲੱਗ ਰਿਹਾ ਤੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਫਲਾਨਾ ਵੀ ਪਰੇ ਹੋ ਜੇ ਪ੍ਰਤਾਪ ਬਾਜਬਾ ਵੀ ਪਰੇ ਹੋ ਜੇ ਆ ਵੀ ਪਰੇ ਹੋ ਜੇ ਖੈਰਾ ਵੀ ਪਰੇ ਹੋ ਜੇ ਤੇ ਮੁੱਖ ਮੰਤਰੀ ਦਾ ਇਕੱਲੇ ਦਾਵੇਦਾਰ ਮੈਂ ਹੋਵਾਂ ਪਰ ਭਲਿਆ ਮਾਸਾ ਮੈਂ ਤੈਨੂੰ ਕਹਿ ਦੇਵਾਂ ਆਖਰ ਨੂੰ ਤੇਰੀ ਉਹ ਹਾਲਤ ਹੋਣੀ ਆ ਤੂੰ ਆਪਦੇ ਸੁਪਨੀਆ ਦਾ ਕੰਮ ਕਰ ਰਿਹਾ ਤੂੰ ਆਪਦੇ ਬੱਚਿਆਂ ਨੂੰ ਖਾ ਰਿਹਾ ਫਿਰ ਤੈਨੂੰ ਕਾਲੀ ਕਾਂਗਰਸ ਹੀ ਚੱਲਣਗੇ ਯਾਦ ਰੱਖ ਲੈ ਤੂੰ ਆਉਣ ਵਾਲੇ ਟਾਈਮ ਵਿੱਚ ਮੈਂ ਤੈਨੂੰ ਨੱਚਾਏਗਾ ਯਾਦ ਰੱਖ ਲੈ ਕਿਉਂਕਿ ਕਾਂਗਰਸ ਦੇ ਵਿੱਚ ਰਹਿ ਕਿਹੜਾ ਜਾਊਗਾ ਤੈਨੂੰ ਇਸ ਤਰ੍ਹਾਂ ਦਾ ਲੱਗਿਆ ਕਿ ਫਲਾਣਾ ਵੀ ਨਿਕਲੇ ਪ੍ਰਧਾਨ ਮੈਂ ਬਣਾ ਨਵਜੋਤ ਸਿੰਘ ਸਿੱਧੂ ਦੇ ਨਾਲ ਪਹਿਲਾਂ ਤੂੰ ਜਫੀਆਂ ਪਾਉਂਦਾ ਸੀ ਝੂਠੀਆਂ ਬੁਰਕੀਆਂ ਇੱਕ ਦੂਜੇ ਦੇ ਖਾਂਦੇ ਹੋਵੋਗੇ ਅੱਜ ਕੱਲ ਤੁਹਾਡੇ ਬਿਆਨ ਨਹੀਂ ਹੁੰਦੇ ਬੋਲਿਆ ਤੱਕ ਨਹੀਂ ਇਹਦਾ ਮਤਲਬ ਇਹ ਆ ਕਿ ਸਾਡਾ ਜਿਹੜਾ ਪ੍ਰਧਾਨ ਸਾਹਿਬ ਆ ਕਾਂਗਰਸ ਦਾ ਰਾਜਾ ਵੜਿੰਗ ਇਹਨੂੰ ਇਹ ਇੱਕ ਮੈਨੂੰ ਮੁੱਖ ਮੰਤਰੀ ਬਣ ਜਾਵਾ ਆਸ਼ੂ ਮੰਤਰੀ ਦਾ ਕਿੰਨਾ ਰੋਲਾ ਪਾਇਆ ਇਹਦੇ ਤੇ ਕਿਉਂ ਨਹੀਂ ਬੋਲਿਆ ਹੁਣੇ